सी देख रहे हो सांझ टीवी न्यूज पोर्टल। ਫਜ਼ਿਲਕਾ ਦੇ ਕਈ ਪਰਿਵਾਰਾਂ ਵੱਲੋਂ ਆਪਣੇ ਰੋਜ਼ਗਾਰ ਚਲਾਉਣ ਦੇ ਲਈ 50 ਅਨੁਸੂਚਿਤ ਜਾਤੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਕਰਜ਼ੇ ਪ੍ਰਾਪਤ ਕੀਤੇ ਗਏ ਸਨ, ਪਰ ਇਹਨਾਂ ਪਰਿਵਾਰਾਂ ਵੱਲੋਂ ਲਿੱਤੇ ਗਏ ਕਰਜ਼ੇ ਭਰੇ ਨਹੀਂ ਗਏ ਅਤੇ ਇਹ ਪਰਿਵਾਰ ਡਿਫਾਲਟਰ ਘੋਸ਼ਿਤ ਕੀਤੇ ਗਏ ਹਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਦੇ ਕਰਜ਼ੇ ਮਾਫ਼ ਕੀਤੇ ਗਏ। ਫਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਬਾਇਆ ਨੇ ਦੱਸਿਆ ਕਿ ਐਸਸੀ ਕਾਰਪੋਰੇਸ਼ਨ ਵੱਲੋਂ 36 ਪਰਿਵਾਰਾਂ ਦੇ 10.5 ਲੱਖ ਰੁਪਏ ਦੇ ਕਰਜ਼ੇ ਮਾਫ਼ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਰ ਇੱਕ ਵਾਅਦੇ ਨੂੰ ਪੂਰਾ ਕਰੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਕੋਲ ਪੈਸਾ ਨਾ ਹੋਣ ਦੇ ਬਾਵਜੂਦ ਕਰਜ਼ੇ ਮਾਫ਼ੀ ਦੇ ਵਾਅਦੇ ਨੂੰ ਸਰਕਾਰ ਨੇ ਪੂਰਾ ਕੀਤਾ ਹੈ। ਇਹ ਜਿਹੜਾ ਐਸਸੀ ਕਾਰਪੋਰੇਸ਼ਨ ਵੱਲੋਂ ਫਾਜ਼ਿਲਕਾ ਹਲਕੇ ਦੇ 36 ਜਿਹੜੇ ਪਰਿਵਾਰ ਨੇ ਬੈਨੀਫਿਸ਼ਰੀ ਨੇ, ਉਹਨਾਂ ਦੇ ਅਮਾਊਂਟ ਤਕਰੀਬਨ 10.5 ਲੱਖ ਦੇ ਜਿਹੜਾ ਕਰਜ਼ਾ ਮਾਫ਼ ਕੀਤਾ ਹੈ ਐਸਸੀ ਕਾਰਪੋਰੇਸ਼ਨ ਵੱਲੋਂ। ਉਹਨਾਂ ਦੇ ਜਿਹੜੇ ਪ੍ਰਮਾਣ ਪੱਤਰ ਨੇ ਉਹ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੇ। ਇਹ ਉਹਨਾਂ ਦੇ ਕੋਈ ਕਾਰੋਬਾਰ ਵਾਸਤੇ, ਆਪਦੇ ਬਿਜ਼ਨਸ ਵਾਸਤੇ ਉਹਨਾਂ ਨੇ ਕਰਜ਼ਾ ਲਿਆ ਸੀ, ਜਿਹੜਾ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਫ਼ ਕੀਤਾ ਗਿਆ। ਅਤੇ ਜਿਹੜੇ 2.5 ਕਿੱਲਿਆਂ ਤੱਕ ਦੇ ਸਾਰੇ ਕਰਜ਼ੇ ਮਾਫ਼ ਹੋ ਚੁੱਕੇ ਆ, ਲਿਸਟਾਂ ਬਣੀਆਂ ਹੋਈਆਂ, ਸਾਰੇ ਪੈਸੇ ਵੀ ਕਈਆਂ ਦੇ ਖਾਤਿਆਂ ਜਾ ਚੁੱਕੇ ਆ, ਸਾਰਿਆਂ ਨੂੰ ਸਰਟੀਫਿਕੇਟ ਵੀ ਦੇ ਦਿੱਤੇ ਆ। ਸੋ ਜਿਹੜੇ ਅੱਗੇ 5 ਕਿੱਲਿਆਂ ਲਈ ਲਿਸਟਾਂ, ਉਹ ਵੀ ਥੋੜ੍ਹੇ ਦਿਨਾਂ ਤੱਕ ਬਣ ਜਾਣੀਆਂ, ਸੋ ਉਹਨਾਂ ਦੇ ਵੀ ਅਗਲੀ ਜਿਹੜੀ ਕਿਸ਼ਤ ਉਹ ਪੈ ਜਾਣੀ। ਦੇਖੋ, ਪੰਜਾਬ ਕੈਪਟਨ ਸਾਹਿਬ ਨੇ ਜੋ ਵੀ ਵਾਅਦੇ ਕੀਤੇ ਸੀ, ਮੇਨ ਜਿਹੜਾ ਕਰਜ਼ਾ ਮਾਫ਼ੀ ਵਾਲਾ ਸੀ, ਸਰਕਾਰ ਕੋਲ ਪੈਸਾ ਨਾ ਹੁੰਦਿਆਂ ਵੀ ਉਹਨਾਂ ਨੇ ਸਾਲ ਦੇ ਵਿੱਚ ਵਿੱਚ ਜਿਹੜਾ 5 ਕਿੱਲਿਆਂ ਤੱਕ ਕਿਸਾਨੀ ਕਰਜ਼ਾ ਮਾਫ਼ ਕੀਤਾ। ਸੋ ਹੋਰ ਜਿਹੜੀਆਂ ਵੀ ਅਸੀਂ ਵਾਅਦੇ ਕੀਤੇ ਕੈਪਟਨ ਸਾਹਿਬ ਨੇ ਇਲੈਕਸ਼ਨ ਦੌਰਾਨ, ਉਹ ਸਾਰੇ ਅਸੀਂ ਆਉਣ ਵਾਲੇ ਸਮੇਂ 'ਚ ਪੂਰੇ ਕਰਾਂਗੇ। ਕਰਜ਼ਾ ਮਾਫ਼ੀ ਦੇ ਪ੍ਰਮਾਣ ਪੱਤਰ ਹਾਸਲ ਕਰ ਚੁੱਕੇ ਲੋਕਾਂ ਨੇ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ। ਇਹ ਕਰਜ਼ੇ ਮਾਫ਼ੀ ਦੇ ਲਿਆ ਸੀ ਕਬਾੜ ਖਰੀਦਣ ਦਾ, ਖੇਤੀਬਾੜੀ ਕੰਮ ਕਰਾਉਣ ਵਾਸਤੇ। ਉਹ ਕੰਮ ਚੱਲਿਆ ਨਹੀਂ ਅਤੇ ਡਿਫਾਲਟਰ ਹੋ ਗਏ, ਸਰਕਾਰ ਨੇ ਸਾਨੂੰ ਰਹਿਤ ਦਿੱਤੀ ਨਹੀਂ ਕੈਪਟਨ ਸਰਕਾਰ ਨੇ। ਇਹ ਸਾਡਾ ਸੀ 19,000 ਅਤੇ 42,000 ਰੁਪਏ ਹੋ ਗਿਆ ਵਿਆਜ ਤੌਰ 'ਤੇ, 42,000-300 ਰੁਪਏ ਸਰਟੀਫਿਕੇਟ ਸਾਨੂੰ ਦਿੱਤਾ ਹੈ, ਕਲੀਅਰ ਸਰਟੀਫਿਕੇਟ, ਕੋਈ ਤੁਹਾਡਾ ਮਾਫ਼ੀ ਦਾ। ਇਹ ਬੜੀ ਵਧੀਆ ਸਰਕਾਰ ਹੈਗੀ ਹੈ, ਜਿਹੜੇ ਵਾਅਦੇ ਕੀਤੇ ਪੂਰੇ ਕੀਤੇ ਉਹਨਾਂ ਨੇ। ਅੱਗੇ ਵੀ ਸੀ ਇਹਨਾਂ ਨੂੰ ਅੱਗੇ ਰੱਖਾਂਗੇ, ਜਿਹੜੇ ਇਹ ਜ਼ਿਮੀਦਾਰ ਗਰੀਬਾਂ ਮਜ਼ਦੂਰਾਂ ਦੇ ਹੱਕ ਜਿਹੜੇ ਕਿਸੇ ਸਰਕਾਰ ਨੇ ਸਾਡੀ ਨਹੀਂ ਮਤਲਬ ਛੂਟ ਦਿੱਤੀ, ਕੈਪਟਨ ਸਰਕਾਰ ਨੇ ਸਾਨੂੰ 2.5 ਲੱਖ ਦਾ, 2 ਲੱਖ ਦਾ ਇੱਕ ਪਰਿਵਾਰ, 2 ਲੱਖ ਦਾ। ਕਾਹਦੇ ਸੰਬੰਧੀ ਕਰਜ਼ਾ ਲਿਆ ਸੀਗਾ ਤੁਸੀਂ? ਇੱਕ ਤਾਂ ਲਈ ਸੀ ਲਿਮਿਟ ਖੇਤੀਬਾੜੀ ਦੀ, ਇਹ ਪਹਿਲਾਂ ਕਬਾੜ ਖਰੀਦਣ ਦਾ ਲਿਆ ਸੀ, ਕਬਾੜੇ ਕਾਲ ਜਾਣੀ, ਇਹ ਠਿੱਕ ਠੁੱਕ ਲੈ ਕੇ ਪੈਲੀ ਪੁੜੀ ਜਾ ਕਰਦੇ ਸੀ। ਫਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।